एक मिनट सर, स्पीकर का चुनाव कब होता है कानून में पढ़ा करो। मानयोग स्पीकर साहब, मैं ਤੁਹਾਨੂੰ ਅਤੇ ਸਰਕਾਰ ਨੂੰ ਤੁਹਾਡੇ ਰਾਹੀਂ ਅਤੇ ਮਜ਼ਬੂਤ ਆਪੋਜੀਸ਼ਨ ਜਿਹੜੀ ਦੇਸ਼ ਨੇ ਚੁਣ ਕੇ ਭੇਜੀ ਹੈ, ਮੈਂ ਸਾਰਿਆਂ ਨੂੰ ਸਰ ਇੱਥੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਆਪਣੇ ਸਾਥੀ ਸਾਂਸਦਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਸਰ ਮੈਂ ਬਹੁਤ ਧੰਨਵਾਦੀ ਹਾਂ ਔਰ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਅੱਜ ਮੈਂ ਯਾਦ ਕਰਦਾ ਹਾਂ ਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਹਾਂ। ਵੀ ਆਰ ਬਿਕੋਜ਼ ਹੀ ਵਾਜ਼। ਸੋ ਉਹਨਾਂ ਦੀ ਬਦੌਲਤ ਅੱਜ ਇੱਥੇ ਮੈਨੂੰ ਰਿਪ੍ਰਜੈਂਟ ਕਰਨ ਦਾ ਮੌਕਾ ਮਿਲਿਆ। ਸਪੀਕਰ ਸਾਹਿਬ, ਇਹ ਬਹੁਤ ਹੀ ਅੱਛਾ ਹੁੰਦਾ ਕਿ ਅੱਜ ਸਪੀਕਰ ਦੀ ਚੋਣ ਜਿਸ ਤਰ੍ਹਾਂ ਕਰਨ ਦਾ ਮੌਕਾ ਮਿਲਿਆ, ਇਹ ਚੋਣ ਨਾ ਕਰਨ ਦਾ ਮੌਕਾ ਮਿਲਦਾ, ਸਰਵਸੰਮਤੀ ਨਾਲ ਸਪੀਕਰ ਵੀ ਬਣਦਾ ਅਤੇ ਡੈਪਟੀ ਸਪੀਕਰ ਵੀ ਬਣਦਾ। ਕਿਉਂਕਿ ਡੈਪਟੀ ਸਪੀਕਰ ਹਮੇਸ਼ਾ, ਜੇਕਰ ਅੱਜ ਮੈਂ ਅਟਲ ਬਿਹਾਰੀ ਵਾਜਪਾਈ ਜੀ ਨੂੰ ਯਾਦ ਕਰਾਂ, ਤਾਂ GMC ਬਾਲ ਯੋਗੀ ਜੀ TDP ਤੋਂ ਸੀ ਔਰ ਸਪੀਕਰ ਸੀਗੇ ਔਰ ਪਲੀਜ਼ ਮਾਨਯੋਗ ਸਦਸਯ ਔਰ ਕਾਂਗਰਸ ਸੇ ਡੈਪਟੀ ਸਪੀਕਰ ਥੇ। ਸਰ ਮੈਂ ਆਪਕੋ ਧੰਨਵਾਦ ਦੇਤਾ ਹੂੰ ਸਰ, ਇੱਕ ਮਿੰਟ ਸਰ, ਆਈ ਵਿਲ ਕੰਕਲੂਡ ਸਰ, ਇੱਕ ਮਿੰਟ ਸਰ। ਸਪੀਕਰ ਕਾ ਚੁਣਾਵ ਕਬ ਹੋਤਾ ਹੈ ਕਾਨੂੰਨ ਮੇਂ ਪੜਾ ਕਰੋ। ਸਰ ਹੋ ਜਾਂ ਨਾ ਹੋ ਪਰ ਬਣਾ ਦੇਣਾ ਚਾਹੀਏ ਥਾ, ਇਸ ਮੇਂ ਬੜੀ ਬਾਤ ਹੋਤੀ, ਰਾਜਕੁਮਾਰ ਸਾਹਿਬ ਲੋਗ ਬਧਾਈ ਦੇਤੇ ਜੀ।